ਸਰ ਅੱਜ ਟ੍ਰੈਫਿਕ ਦੇ ਸੰਬੰਧ ਤੁਸੀਂ ਕੁਛ ਭੋਗਪੁਰ ਬਾਰੇ ਸੋਚਿਆ, ਟ੍ਰੈਫਿਕ ਦੇ ਸੰਬੰਧ 'ਚ ਬੜਾ ਜ਼ਬਰਦਸਤ ਅਨਾਊਂਸਮੈਂਟ ਵੀ ਕਰਾਈ ਆ, ਅਤੇ ਕੀ ਕਹਿਣਾ ਚਾਹੁੰਦੇ ਪਬਲਿਕ ਨੂੰ? ਅਸੀਂ ਪਬਲਿਕ ਦੇ ਅੱਗੇ ਬੇਨਤੀ ਕਰਦੇ ਹਾਂ ਜੀ ਵੀ ਜਿਹੜੀਆਂ ਇੱਥੇ ਅਨਸੈਸਰੀ ਪਾਰਕਿੰਗ ਕੀਤੀ ਜਾਂਦੀ ਹੈ ਉਹਦੇ ਕਰਕੇ ਬੜੀ ਪ੍ਰੋਬਲਮਸ ਹੁੰਦੀ ਹੈ। ਕਈ ਵਾਰੀ ਦੇਖਿਆ ਵੀ ਅੱਧਾ ਅੱਧਾ ਘੰਟਾ ਹੂਟਰ ਵੱਜ ਕੇ ਇੱਥੇ ਅਫਸਰ, ਵੱਡੇ ਵੱਡੇ ਅਫਸਰ ਵੀ ਜਿਹੜੇ ਲੰਘਦੇ ਉਹ ਵੀ ਲੇਟ ਹੁੰਦੇ ਆ, ਅਤੇ ਆ ਜਿਹੜੀਆਂ ਗੱਡੀਆਂ ਲੈ ਕੇ ਜਾਂਦੀਆਂ ਮਰੀਜ਼ਾਂ ਨੂੰ ਇਹ ਵੀ ਲੇਟ ਹੁੰਦੀਆਂ, ਅਤੇ ਇਹ ਉਹਦੇ ਕਰਕੇ ਫਿਰ ਅਸੀਂ ਜਿਹੜੀ ਨੋ ਪਾਰਕਿੰਗ ਇੱਥੇ ਕਰਵਾ ਕੇ ਅਤੇ ਇਹਨਾਂ ਦਾ ਮੰਡੀ ਦੇ ਵਿੱਚ ਅਰੇਂਜ ਕਰਵਾਇਆ ਜੀ। ਅਤੇ ਦੋ ਦਿਨ ਅਸੀਂ ਅਨਾਊਂਸਮੈਂਟ ਕਰ ਦਿੱਤੀ ਆ, ਹੁਣ ਕੱਲ੍ਹ ਤੋਂ ਅਸੀਂ ਟੋ ਕਰ ਕਰਕੇ ਗੱਡੀਆਂ ਦੇ ਚਲਾਨ ਵੀ ਕੱਟਾਂਗੇ ਅਤੇ ਇਹਨਾਂ ਨੂੰ ਹੁਣ ਥੋੜ੍ਹਾ ਸਖਤੀ ਨਾਲ ਪੇਸ਼ ਆਵਾਂਗੇ। ਕੀ ਤੁਸੀਂ ਭੋਗਪੁਰ ਦੇ SHO ਦੇ ਕਹਿੰਦੇ ਸਾਰਾ ਉਹ ਕੀਤਾ ਕਿ ਉੱਤੋਂ ਤੁਹਾਨੂੰ ਕੋਈ ਆਰਡਰ ਆਇਆ ਇਸ ਬਾਰੇ? ਇਹ SSP ਸਾਹਿਬ ਦੇ ਹੁਕਮਾਂ ਦੇ ਮੁਤਾਬਕ, DSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਸਾਰਾ ਕੰਮ ਹੋ ਰਿਹਾ। SHO ਸਾਹਿਬ ਸਾਨੂੰ ਪੂਰਾ ਸਹਿਯੋਗ ਕਰ ਰਹੇ ਜੀ। ਸਰ ਥੋੜ੍ਹਾ ਚਿਰ ਇਹ ਹੁੰਦਾ 8-10 ਦਿਨ ਇਹ ਕੰਮ ਜਦੋਂ ਤੁਸੀਂ ਸ਼ੁਰੂ ਕਰਦੇ ਆ, ਮੁੜ ਕੇ ਕੁਛ ਥੋੜ੍ਹਾ ਜਿਹਾ ਕੰਮ ਘੱਟ ਜਾਂਦਾ ਫਿਰ ਦੁਬਾਰਾ ਵੀ ਹਾਲ ਹੁੰਦਾ ਭੋਗਪੁਰ ਸ਼ਹਿਰ? ਨਹੀਂ, ਹੁਣ ਪੱਕੇ ਤੌਰ 'ਤੇ ਹੋਊਗਾ ਜੀ, ਹੁਣ ਨਹੀਂ ਕੱਚਾ ਹੋਊਗਾ, ਪੱਕੇ ਤੌਰ 'ਤੇ ਹੋਊਗਾ। ਹੁਣ ਜਿੱਦਾਂ ਪਹਿਲੀ ਅਪ੍ਰੈਲ ਤੱਕ ਤਾਂ ਕਣਕ ਨਹੀਂ ਆਉਂਦੀ, ਜਦ ਤੱਕ ਉੱਥੇ ਲਊਗੀ, ਜਦ ਤੱਕ ਉਹ ਤੋਂ ਬਾਅਦ ਫਿਰ ਪਾਰਕਿੰਗ ਦਾ ਆਪਣੇ ਸਿਵਲ ਪ੍ਰਸ਼ਾਸਨ ਨੇ ਕਰ ਦੇਣਾ ਸੈੱਟ, ਉਹ ਤੋਂ ਬਾਅਦ ਉੱਥੇ ਪਾਰਕਿੰਗ ਹੋ, ਰੋਡ 'ਤੇ ਕਿਸੇ ਦੀ ਗੱਡੀ ਪਾਰਕ ਨਹੀਂ ਹੋਊਗੀ। ਸੁਨੇਹਾ ਪਬਲਿਕ ਨੂੰ ਕੀ ਦੇਣਾ ਚਾਹੁੰਦੇ? ਅਸੀਂ ਪਬਲਿਕ ਨੂੰ ਸੁਨੇਹਾ ਦੇਣਾ ਚਾਹੁੰਦੇ ਵੀ ਇਹਦੇ ਨਾਲ ਨਾਲ ਜਿਹੜੇ ਰੇਹੜੀਆਂ ਜਾਂ ਹੋਰ ਵੀ ਕੋਈ ਜਿਹੜੇ ਅਨਸੈਸਰੀ ਇਹਨਾਂ ਨੇ ਕਬਜ਼ੇ ਕੀਤੇ ਹੋਏ ਛੱਡ ਦੇਣ, ਪ੍ਰਸ਼ਾਸਨ ਨੂੰ ਸਹਿਯੋਗ ਕਰਨ, ਅਤੇ ਅਸੀਂ ਉਹਨਾਂ ਦੇ ਨਾਲ ਆ। ਕਿਸੇ ਦੇ ਨਾਲ ਕੋਈ ਧੱਕਾ ਹੁੰਦਾ ਸਾਨੂੰ ਦੱਸਣ, ਟੈਲੀਫੋਨ 'ਤੇ 5 ਮਿੰਟ ਦੇ ਵਿੱਚ ਮਸਲਾ ਸੋਲਵ ਕਰਾਂਗੇ। ਧੰਨਵਾਦ ਸਰ, ਮੈਂ ਬਾਬਾ ਸਰਜੀਤ ਸਿੰਘ, KTT ਨਿਊਜ਼ ਭੋਗਪੁਰ। ਧੰਨਵਾਦ।